ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਭਾਰਤ ਪਾਕਿਸਤਾਨ ਸਰਹੱਦ ਤੋਂ 8 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸਾਂਝੇ ਆਪਰੇਸ਼ਨ ਦੌਰਾਨ ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬੀਐਸਐਫ ਦੇ ਡੀਆਈਜੀ ਗੁਰਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਕਾਰਵਾਈ ਦੇ ਦੌਰਾਨ ਗੁਰਦਾਸਪੁਰ ਸਰਹੱਦ ਤੇ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਇਸ ਖੇਪ ਦੇ ਨਾਲ ਨਾਲ 100-100 ਦੇ 5 ਫਟੇ ਹੋਏ ਨੋਟ ਵੀ ਬਰਾਮਦ ਕੀਤੇ ਗਏ ਨੇ। आज सुबह एसएसपी गुरदासपुर की इंफॉर्मेशन पे हमने जॉइंट ऑपरेशन बीएसएफ और पंजाब पुलिस के साथ में किया था फेंसिंग और आईबी के बीच में। ये इंफॉर्मेशन थी कि वहाँ पे कोई कंसाइनमेंट दबी हुई है, तो हमने सुबह इंफॉर्मेशन के आधार पे जो ऑपरेशन किया उसमें हमने 8 पैकेट हिरन के जो ज़मीन में दबे हुए थे उसको निकाला, जो कि एक चादर में लपेट के रखे हुए थे और एडहेसिव पेट जो येलो पेट होती है उसमें 8 पैकेट वो रैप करके रखे हुए थे।